ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਕਈ ਕਲॉक ਟਾਵਰ ਨੇ ਕਿਸੇ ਦੀ ਹਾਈਟ ਜ਼ਿਆਦਾ ਤੇ ਕਿਸੇ ਦੀ ਘੱਟ ਕੋਈ ਵਰੇ ਚ ਕੰਪਲੀਟ ਹੋ ਗਿਆ ਤੇ ਕੋਈ ਦੋ ਤੋਂ ਪੰਜ ਵਰੇ ਦਾ ਵਕਤ ਲੈ ਗਿਆ ਪਰ ਜਿਹੜੇ ਕਲॉक ਟਾਵਰ ਦੀ ਤਾਰੀਖ ਜਾਣਨ ਲੱਗੇ ਆ ਉਸ ਨੂੰ ਬਣਾਉਣ 'ਚ ਵਕਤ ਲੱਗਿਆ ਸੀ 44 ਵਰੇ ਦਾ ਚੜ੍ਹਦੇ ਪੰਜਾਬ ਦੇ ਸ਼ਹਿਰ ਦੇ ਵਿੱਚ ਆ ਇਹ ਕਲॉक ਟਾਵਰ ਤੇ ਉਹ ਸ਼ਹਿਰ ਖੇਤਰਫਲ ਦੇ ਹਿਸਾਬ ਦੇ ਨਾਲ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ। ਉਹ ਸ਼ਹਿਰ ਹੈ ਲੁਧਿਆਣਾ। ਜਿੱਥੇ ਬਣਿਆ ਹੈ ਇਹ ਕਲॉक ਟਾਵਰ। ਲੁਧਿਆਣਾ 'ਚ ਇਹ ਬਣਿਆ ਕਿੱਥੇ ਹੈ? ਜੀਟੀ ਰੋਡ ਤੇ। ਉਹ ਜੀਟੀ ਰੋਡ ਜਿਹੜਾ ਬਰਤਾਨੀਆ ਹਕੂਮਤ ਵਕਤ ਲੁਧਿਆਣਾ ਤੋਂ ਪਸ਼ਾਵਰ ਤੱਕ ਜਾਂਦਾ ਸੀ। ਤਕੜਾ ਵਪਾਰ ਹੁੰਦਾ ਸੀ ਉਸ ਵਕਤ। ਦੋ ਮੇ ਸ਼ਹਿਰਾਂ ਚ ਨੇੜੇ ਰੇਲਵੇ ਸਟੇਸ਼ਨ ਵੀ ਹੈ 1870 ਚ ਦਿੱਲੀ ਤੋਂ ਲਾਹੌਰ ਤੱਕ ਰੇਲ ਇੰਜਨ ਖੁੱਲਿਆ ਸੀ ਇੱਥੇ ਆਵਾਜ਼ ਆਈ ਬਹੁਤ ਸੀ ਉਦੋਂ ਵੀ ਤੇ ਅੱਜ ਵੀ ਦੁਕਾਨਾਂ ਤੇ ਸਰਾਮਾ ਵੀ ਬਣ ਗਈਆਂ ਨੇੜੇ ਚੌੜਾ ਬਾਜ਼ਾਰ ਹੈ ਸਰ ਕਲੌਡ ਵੇਡ ਵੱਲੋਂ ਡਿਜ਼ਾਈਨ ਕੀਤੀਆਂ ਖੂਬਸੂਰਤ ਗਲੀਆਂ ਬਾਜ਼ਾਰ ਵਗੈਰਾ ਖੈਰ ਤਾਰੀਖ ਘੰਟਾਗੜੀ ਹੈ ਜਿਹੜਾ ਲੁਧਿਆਣਾ ਦਾ ਵਪਾਰਕ ਕੇਂਦਰ ਦੇ ਐਂਟਰੀ ਪੁਆਇੰਟ ਤੇ ਆਖ ਸਕਦੇ ਆ ਲੈਂਡਸਕੇਪ ਚ ਇਹ ਘੰਟਾਗੜੀ ਉੱਥੇ ਹੈ ਵੈਸੇ ਬਣਿਆ ਤਾਂ ਸੀ ਇਹ ਜੀਟੀ ਰੋਡ ਤੇ ਪਰ ਹੁਣ ਹੁਣ ਇਹ ਬੈਕਗ੍ਰਾਉਂਡ ਮੁੜ ਗਿਆ ਹੈ ਕਾਰਨ ਕਾਰਨ ਹੈ ਫਲਾਈਓਵਰ ਘੰਟਾਗੜ ਦਾ ਜਿਹੜਾ ਡਿਜ਼ਾਈਨ ਹੈ ਉਹਦੇ 'ਚ ਬਰਤਾਨੀਆ ਵਿਰਸੇ ਦੀ झलक ਜੀ ਪੈਂਦੀ ਹੈ। ਕੰਟਾਗਰ ਅੰਮ੍ਰਿਤਸਰ ਦੇ ਉਸ ਵਕਤ ਨਗਰਪਾਲਿਕਾ ਦੇ ਚੀਫ ਇੰਜੀਨੀਅਰ ਸਨ ਜான் ਗਾਰਡਨ। ਉਹਨਾਂ ਡਿਜ਼ਾਈਨ ਕੀਤਾ ਸੀ ਤੇ ਸ਼ੁਰੂਆਤ ਹੋਈ ਸੀ 1862 'ਚ। ਯੂਰੋਪੀਅਨ ਗੈਥਿਕ ਸ਼ੈਲੀ ਦੇ ਡਿਜ਼ਾਈਨ ਹੈ ਤੇ ਐਦਾਂ ਜਾਪਦਾ ਹੈ ਕਿ ਇਹਦੇ ਤੇ ਲਾਲ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। 10 ਮੰਜ਼ਿਲਾ ਬਿਲਡਿੰਗ ਬਣ ਗਈ ਉੱਚੀ ਉੱਚੀ ਤਕਰੀਬਨ 30 ਕਿਲੋਮੀਟਰ ਤੇ 44 ਬਰੇ ਬਾਅਦ ਇਸ ਦਾ ਉਦਘਾਟਨ ਹੋਇਆ ਸੀ 18 ਅਕਤੂਬਰ 1906 ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੁਮਰੀ ਨੇ ਕੀਤਾ ਸੀ ਇਹਦਾ ਉਦਘਾਟਨ ਤੇ ਉਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਨ ਦੀਵਾਨ ਟੇਕਚਨ ਇਹ ਕੰਟਾਘਰ ਮਹਾਰਾਣੀ ਵਿਕਟੋਰੀਆ ਦੀ ਯਾਦ ਚ ਬਣਾਇਆ ਗਿਆ ਹੈ ਗੱਲ ਅਗਾਜ਼ ਤੋਂ ਸ਼ੁਰੂ ਕਰਦੇ ਹਾਂ ਇਹਦਾ ਨਾਂ ਸੀ ਮਹਾਰਾਣੀ ਵਿਕਟੋਰੀਆ ਮੈਮੋਰੀਅਲ ਕੰਟਾਘਰ ਪਰ ਪੁਕਾਰ ਦੇ ਕੁਝ ਹੋਰ ਨੇ ਉਹ ਕਿਉਂ ਉਹਦਾ ਕਾਰਨ ਇਹ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਆਏ ਸਨ ਇੱਥੇ ਲੁਧਿਆਣਾ ਚ ਉਦੋਂ ਜੈਨ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਇਸ ਘੰਟਾ ਘਰ ਦਾ ਨਾਂ ਮਹਾਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਤੋਂ ਬਦਲ ਕੇ ਭਗਵਾਨ ਮਹਾਵੀਰ ਜੈਨ ਘੰਟਾ ਘਰ ਰੱਖਿਆ ਜਾਵੇ ਫਿਰ ਕੀ ਬਦਲਤਾ ਨਾਂ ਤੇ ਨਾਂ ਰੱਖਿਆ ਗਿਆ ਭਗਵਾਨ ਮਹਾਵੀਰ ਜੈਨ ਘੰਟਾ ਘਰ ਹੁਣ ਘੰਟਾ ਘਰ ਦੀਆਂ ਕੜੀਆਂ ਤੇ ਆ ਜਾਈਏ ਉਸ ਵਕਤ ਘੜੀਆਂ ਦਾ ਦੌਰ ਨਹੀਂ ਸੀ ਨਾ ਇਹੇ ਘੜੀਆਂ ਸੀਗੀਆਂ ਕੰਟਾ ਕਰਦੀਆਂ ਇਹਨਾਂ ਦੀ ਟੰ ਟੰ ਦੀ ਆਵਾਜ਼ ਹੀ ਦੱਸਦੀ ਸੀ ਟਾਈਮ ਉਦੋਂ ਕੀ ਸੀਗਾ ਕਿ ਕੰਟਾ ਗਰਦਾ ਕੰਟਾ ਵਜਾਉਣ ਲਈ ਬਕਾਇਦਾ ਮੁਲਾਜ਼ਮ ਹੁੰਦਾ ਸੀ ਜਿਹੜਾ ਘੰਟੇ-ਘੰਟੇ ਬਾਅਦ ਕੰਟਾ ਵਜਾਉਂਦਾ ਸੀ ਜਿਵੇਂ 2 ਵਜੇ ਦੋ ਵਾਰ ਆਵਾਜ਼ ਇਸ ਤਰ੍ਹਾਂ ਵੈਸੇ ਪੰਜਾਬ ਦੀ ਵੰਡ ਤੋਂ ਬਾਅਦ ਵੀ ਇਹ ਵਜਦਾ ਰਿਹਾ ਹੈ ਪਰ ਮੁੜ ਕੇ ਬੰਦ ਹੋ ਗਿਆ ਫਿਰ 스마트 ਸਿਟੀ ਮਿਸ਼ਨ ਅਧੀਨ ਇਹਦੀ ਰਿਪੇਅਰ ਕੀਤੀ ਗਈ ਤੇ ਮੁੜ ਤੋਂ ਸੁਣਨ ਲੱਗ ਪਈਆਂ ਘੰਟੀ ਦੀਆਂ ਆਵਾਜ਼ਾਂ ਅਗਰ ਰਾਤ ਵਕਤ ਦੇਖੀ ਤਾਂ ਇਸ ਘੰਟਾਗੜੀ ਨੂੰ ਦੇਖਣ ਦਾ ਨਜ਼ਾਰਾ ਤਾਂ ਕੁਝ ਵੱਖਰਾ ਹੀ ਨਜ਼ਰ ਆਉਂਦਾ ਹੈ ਕਾਰਨ ਕਾਰਨ ਹੈ ਲਾਈਟਿੰਗ ਵਕ ਵਕ ਤਰ੍ਹਾਂ ਦੀ ਸ਼ੈਡ ਇੱਕ ਦੋ ਥੋੜਾ ਨਹੀਂ 36 ਤਰ੍ਹਾਂ ਦੀਆਂ ਸੈੱਡ ਸੈਟ ਕੀਤੀਆਂ ਗਿਆ ਨੇ ਇੱਥੇ ਜਿਹੜੀ ਥੋੜੇ ਥੋੜੀ ਦੇਰ ਬਾਅਦ ਬਦਲਦੀ ਰਹਦੀਆਂ ਨੇ ਤੇ ਨਜ਼ਾਰਾ ਉਦੋਂ ਦੇਖਣ ਵਾਲਾ ਹੁੰਦਾ ਹੈ ਰੰਗ ਬਿਰੰਗੀਆਂ ਤੇ ਖੂਬਸੂਰਤ ਲਾਈਟਾਂ ਉਹ ਨਜ਼ਾਰਾ ਹੁੰਦਾ ਹੈ ਰਾਤ ਵਕਤ ਇਹ ਕਲॉक ਟਾਵਰ ਬਣਿਆ ਤਾਂ ਬਹੁਤ ਖੂਬਸੂਰਤ ਹੈ ਪਰ ਉਹ ਦਿਖ ਨਜ਼ਰ ਨਹੀਂ ਆਉਂਦੀ ਜਿਹੜੀ ਪਸ਼ਾਵਰ ਰੋਡ ਵਕਤ ਸੀ ਅਲੋਪ ਜੀ ਹੋ ਗਈ ਕਿਉਂ ਕਿਉਂਕਿ ਸੰਗਣੀ ਆਬਾਦੀ ਹੋ ਗਈ ਤੇ ਨੇੜੇ ਤੇੜੇ ਬਹੁ ਮੰਜਲਾ ਇਮਾਰਤਾਂ ਬਣ ਗਈਆਂ ਉੱਚੀਆਂ ਉੱਚੀਆਂ ਬਿਲਡਿੰਗ ਬਣ ਗਈਆਂ ਫਲਾਈਓਵਰ ਵੀ ਬਣ ਗਿਆ ਸ਼ਾਇਦ ਸ਼ਾਇਦ ਇਹ ਘੰਟਾ ਘਰ ਖੁਦ ਨੂੰ ਗੁਟਣ ਜੀ ਫੀਲ ਕਰ ਰਿਹਾ ਹੈ ਵੈਸੇ ਲੁਧਿਆਣਾ ਦਾ ਘੰਟਾ ਘਰ ਹੈ ਬਹੁਤ ਖੂਬਸੂਰਤ ਤੁਹਾਡਾ ਵੀ ਕਦੇ ਲੁਧਿਆਣੇ ਜੇੜਾ ਲੱਗੇ ਤਾਂ ਜਰੂਰ ਦੇਖਣਾ ਲੁਧਿਆਣੇ ਦੀ ਸ਼ਾਨ ਖੂਬਸੂਰਤ ਕਲਾਕ ਟਾਵਰ